ਹਾਂਜੀ ਸਤਿ ਸ੍ਰੀ ਅਕਾਲ ਆਸਾਂ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਹਰਾਂ ਤਵਾਰ ਆਪਾਂ 6:08 ਵਜੇ ਸੋਡੀ ਤਿਆਰੀ ਲਈ ਇੱਕ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਨੇ ਆ ਤੇ ਇਸ ਵਾਰ ਆਪਣਾ 35ਵਾਂ ਟੈਸਟ ਆ ਤੇ ਆਸਾਂ ਸੋਡੀ ਵਧੀਆ ਤਿਆਰੀ ਚੱਲ ਰਹੀ ਹੋ ਪਰ ਇਸ ਵਾਰ ਕੁਝ ਬਸਾਖੀ ਦੇ ਕਾਰਨਾਂ ਕਰਕੇ ਸਮਾਂ ਘੱਟ ਮਿਲਿਆ ਤੇ ਆਪਾਂ ਨੂੰ ਟੈਸਟ ਤਿਆਰ ਕਰਨ ਦਾ ਸਮਾਂ ਹੈ ਨਹੀਂ ਸੀ ਤੇ ਆਪਾਂ ਨੂੰ ਪੁਰਾਣਾ ਟੈਸਟ ਮਿਲ ਗਿਆ ਪੁਰਾਣਾ ਪੇਪਰ ਜਿਹੜਾ 2017 ਦਾ ਸੀਗਾ ਤੇ ਉਹ ਪੇਪਰ ਆਪਾਂ ਰਿਕਾਰਡ ਕਰਤਾ ਉਹ ਪੇਪਰ ਕਿਉਂਕਿ ਤੁਹਾਨੂੰ ਇਹ ਵੀ ਪਤਾ ਲੱਗ ਜੂਈ ਪੇਪਰ ਦਾ ਲੈਵਲ ਕਿੰਨਾ ਕੁ ਹੁੰਦਾਗਾ ਆਪਾਂ ਤਾਂ ਉਸ ਤੋਂ ਲੈਵਲ ਵੱਧ ਹੀ ਬੋਲਦੇ ਹੁੰਨੇ ਆ ਤੇ ਕਿਉਂਕਿ ਜਿਹੜੇ ਆਪਾਂ ਉਹ ਵੀ ਇੰਸਟੀਚੂਟਾਂ 'ਚ ਕਰਦੇ ਹੁੰਨੇ ਆ ਡਿਕਟੇਸ਼ਨ ਉਹ ਬਹੁਤ ਜ਼ਿਆਦਾ ਵੱਧ ਹੁੰਦਾ ਉਹ ਪੇਪਰ ਦੇ ਲੈਵਲ ਤੋਂ ਪੇਪਰ ਦਾ ਲੈਵਲ ਬਹੁਤ ਛੋਟਾ ਹੁੰਦਾ ਤੇ ਉਹ ਪੇਪਰੀ ਅਜਾਪ ਅਪਲੋਡ ਕਰ ਰਹੇ ਆ ਤੇ ਹੋ ਸਕਦਾ ਥੋੜੀ ਕੁਆਲਿਟੀ ਵਧਾ ਕੇ ਆਪਾਂ ਕਰਗੇ ਵੀ ਕਿਉਂਕਿ ਟੈਪ ਨਹੀਂ ਕੀਤਾ ਲੱਗ ਤੋਂ ਪੰਜਾਬੀ ਨਹੀਂ ਮਿਲੂਗੀ ਹੈਨਾ ਵੀ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਪੰਜਾਬੀ ਨਹੀਂ ਦੇ ਸਕਾਂਗੇ ਤੇ ਆਪਣੇ ਗਰੁੱਪ ਦੇ ਵਿੱਚ ਫੋਟੋ ਕਰ ਦਾਂਗੇ ਜਾਂ ਵੀਡੀਓ ਦੀ ਕੁਆਲਿਟੀ ਵਧਾ ਦਗੇ ਵੀ ਤੁਹਾਨੂੰ ਉਤੋਂ ਪੜ ਸਕੋ ਜਿਹੜਾ ਕੁਝ ਪੜਨਾ ਹੋ ਤੇ ਉਹਦੇ ਵਿੱਚ ਪਰ 2 ਮਿੰਟਾਂ ਦੀ ਬ੍ਰੇਕ ਵੀ ਨਹੀਂ ਆਪਣੇ ਤੋਂ ਦਿੱਤੀ ਗਈ ਸਮਾਂ ਘੱਟ ਹੋਣ ਕਾਰਨ ਇਸ ਲਈ ਜਦੋਂ ਪਹਿਲੇ 2.5 ਮਿੰਟ ਪਹਿਰਾ ਚੱਲ ਗਿਆ ਉਹ ਤੁਸੀਂ ਰੋਕ ਲਿਓ ਰੋਕ ਕੇ ਫਿਰ 2 ਮਿੰਟ ਪੜ੍ਹ ਲਓ ਹਨਾ ਤੇ ਵੈਸੇ ਲੱਗਦਾ ਨਹੀਂ ਵੀ ਇੰਨਾ ਰੋਕ ਕੇ ਪੜਨ ਵਾਲਾ ਪੈਰਾ ਹੈਗਾ ਕਿਉਂਕਿ ਇਹਦਾ ਪੇਪਰ ਤਾਂ ਨਾਮ ਬਹੁਤ ਛੋਟਾ ਹੁੰਦਾਗਾ ਤੇ ਬਸ ਇੱਕ ਦੋ ਸ਼ਬਦ ਹੋਣਗੇ ਇਹ ਜੇ ਤੇ ਬਾਕੀ ਪੰਜਾਬੀ ਚੈੱਕ ਕਰਨ ਵਾਲੀ ਵੀ ਨਹੀਂ ਮੈਨੂੰ ਕੋਈ ਲੱਗ ਰਹੀ ਕਿਉਂਕਿ ਮੋਟਾ-ਮੋਟਾ ਧਿਆਨ ਜਾਂ ਮਾਰਿਆ ਸੀ ਮੈਂ ਕੋਈ ਲੱਲੇ ਪਿੰਦੀ ਵਾਲਾ ਸ਼ਬਦ ਵੀ ਨਹੀਂ ਦਿਸਿਆ ਹੋ ਸਕਦਾ ਇੱਕ ਅੱਧਾ ਹੋਵੇ ਪਰ ਦਿਸਿਆ ਨਹੀਂਗਾ ਤੇ ਬਾਕੀ ਇਹ ਆਪਾਂ ਨੂੰ ਜਿਹੜੇ ਜ਼ਿਆਦਾ ਲੱਲੇਬਿੰਦੀ ਜਿਹੜਾ ਪਾਉਸ ਰੋਡ ਚੈੱਕ ਕਰਨਾ ਕਿਉਂਕਿ ਉਸ ਵਕਤ ਲੱਲੇਬਿੰਦੀ ਮੰਨੀ ਵੀ ਨਹੀਂ ਜਾਂਦੀ ਸੀਗੀ ਹੁਣੇ ਜ਼ਿਆਦਾਤਰ ਇਹਨਾਂ ਨੇ ਲਾਗੂ ਕੀਤੀ ਆ ਤੇ ਹਾਂ ਹੁਣ ਪੇਪਰ ਨੇੜੇ ਆ ਜਿਹੜੇ ਜ਼ਿਆਦੇ ਡਾਕਟੇਸ਼ਨਾਂ ਕਰਦੇ ਆ ਵੀ ਭਾਈ 20 25 25 30 30 ਡਾਕਟੇਸ਼ਨਾਂ ਕਰੀ ਜਾਂਦੇ ਆ ਉਹ ਉਹਨਾਂ ਨੂੰ ਇੰਨੀ ਲੋੜ ਨਹੀਂ ਡਾਕਟੇਸ਼ਨਾਂ ਮਗਰ ਲੱਗਣ ਦੀ ਉਹ ਐਦਾਂ ਕਰੋ ਤੁਸੀਂ ਜਿਹੜੇ ਔਖੇ ਸ਼ਬਦ ਆ ਜਾਂ ਵੀ ਸ਼ਬਦ ਪਹਿਲਾਂ ਦੇ ਤੁਹਾਡੇ ਕੱਢੇ ਪਏ ਆ ਹਨਾ ਉਹ ਸ਼ਬਦਾਂ ਦੀਆਂ ਆਊਟਲਾਈਨਾਂ ਬਣਾਉਣਾ ਦੇਖ ਲਓ بس ਇਸ ਚੱਕਰ ਚ ਨਾ ਪਾਓ ਵੀ ਆ ਡਿਕਟੇਸ਼ਨ ਆ ਕਰਨੀ ਬੱਤ ਤੋਂ ਡਿਕਟੇਸ਼ਨ ਤਾਂ ਆਪਾਂ ਇੰਨਾ ਸਾਲ ਹੋ ਗਏ ਹਨਾ 2-3 ਸਾਲ ਜਿਹੜੇ ਕਰੀ ਜਾਂਦੇ ਵੱਧ ਦੇ ਪੰਜ-ਪੰਜ ਸਾਲਾਂ ਦੇ ਵੀ ਕਰੀ ਜਾਂਦੇ ਆ ਡਿਕਟੇਸ਼ਨ ਤਾਂ ਆਪਾਂ ਬਹੁਤ ਜਾਂਦਾ ਕਰੀ ਜਾਂਦੇ ਆ ਪਰ ਆਪਾਂ ਜਦੋਂ ਡਿਕਟੇਸ਼ਨਾਂ ਕਰਦੇ ਸੀ ਉਹਨਾਂ ਚ ਸ਼ਬਦ ਕੱਢਦੇ ਸੀ ਜਿਹੜੇ ਆਪਾਂ ਨੂੰ ਔਖੇ ਲੱਗਦੇ ਸੀ ਉਹ ਸ਼ਬਦਾਂ ਦਾ ਹੁਣ ਆਊਟਲਾਈਨਾਂ ਬਣਾ ਲਓ ਸ਼ਬਦ ਚੰਨ ਯਾਦ ਕਰ ਲਓ ਬਸ ਜਿਨ੍ਹਾਂ ਦੀ ਪ੍ਰੋਬਲਮ ਆ ਦਾ ਦੇ ਚ ਹਨਾ ਜਾਂ ਉੱਤੇ ਵਗੈਰਾ ਜਿਨ੍ਹਾਂ ਚ ਵੀ ਪ੍ਰੋਬਲਮ ਆਉਂਦੀ ਆ ਉਹ ਆਪਦੀ ਪ੍ਰੋਬਲਮ ਸੈੱਟ ਕਰ ਲੋ ਤੇ ਬਾਲਾ ਡਿਕਟੇਸ਼ਨਾਂ ਕਰਨ ਦੇ ਚੱਕਰ ਜਾਂ ਟਾਈਪਿੰਗ ਕਰਨ ਦੇ ਚੱਕਰ ਚ ਨਾ ਪਾਓ ਚਲੋ ਫਿਰ ਆਪਾਂ ਤੁਹਾਨੂੰ ਬੋਲਦੇ ਆ ਟ੍ਰਾਇਲ ਪਰ ਆ ਤਾਂ ਬੋਲ ਹੀ ਦਿੰਨੇ ਆ ਤੁਹਾਨੂੰ ਹਾਂ ਚਿਰੋ ਪਹਿਲਾਂ ਇਹ ਨਾਲ ਹੱਥਿਆ ਚੱਲ ਪਊਗਾ ਤੇ ਚਲੋ ਫਿਰ ਰੈਡੀ ਹੋ ਤੁਸੀਂ ਟ੍ਰਾਇਲ ਪਰ ਆ ਬੋਲਦੇ ਤੁਹਾਨੂੰ ਰੈਡੀ ਬਹੁਤ ਸਪਸ਼ਟ ਹੈ ਕਿ ਪਰਮਪੇਖ ਤੋਂ ਨਿਆਰੇ ਰਹਿ ਕੇ ਆਪਣੇ ਚਿੱਤ ਨੂੰ ਹਮੇਸ਼ਾ ਅਕਾਲ ਪੁਰਖ ਦੇ ਚਰਨਾ ਵਿੱਚ ਰੱਖ ਕੇ ਜੀਵਨ ਜਉਣ ਵਾਲੇ ਮਨੁੱਖ ਖਾਲਸਾ ਕਹੇ ਜਾਂਦੇ ਹਨ ਡੰਡੀ ਫਿਰ ਇਤਿਹਾਸਕ ਨਜ਼ਰੀਏ ਤੋਂ ਵੇਖੀਏ ਤਾਂ ਪੂਰੇ ਸਮਰਪਣ ਭਾਵ ਨਾਲ ਗੁਰੂ ਦੀ ਪੂਰੀ ਮਾਲਕੀ ਸਵੀਕਾਰਨ ਵਾਲੇ ਸਿੱਖ ਖਾਲਸਾ ਹੋ ਜਾਂਦੇ ਹਨ ਡੰਡੀ ਚਲੋ ਜੀ ਥੋੜਾ ਜਿਹਾ ਤੁਹਾਨੂੰ ਟ੍ਰਾਇਲ ਪੈਰਾ ਬੋਲਤਾ ਜਿਆਦਾ ਟਾਈਮ ਨਹੀਂ ਤੁਹਾਡਾ ਬਰਵਾਸ ਕਰਦੇ ਤੇ ਉਹ ਪੇਪਰ ਆਪਾਂ ਅਸੀ ਸਪੀਡ ਤੇ ਬੋਲਿਆ ਜਿੰਨੀ ਸਪੀਡ ਤੇ ਤੁਹਾਨੂੰ ਬੋਲਿਆ ਜਾਊਗਾ ਤੇ ਬਸ ਤੁਹਾਨੂੰ ਧਿਆਨ ਨਾਲ ਕਰਨਾ ਲੱਗਦਾ ਨਹੀਂ ਉਹਦੇ ਚ ਕੋਈ ਗਲਤੀ ਆਉਣਾ ਚਾਹੀਦੀ 5-7 ਤੋਂ ਜਿਆਦਾ 5 ਤੋਂ ਜਿਆਦਾ ਤਾਂ ਜਮ ਨਹੀਂ ਆਉਣਾ ਚਾਹੀਦਾ ਔਖਾ ਨਹੀਂ ਨਾ ਬਿਲਕੁਲ ਆਸਾਨ ਪੇਪਰ ਬਹੁਤ ਜਿਆਦਾ ਆਸਾਨ ਚਲੋ ਫਿਰ ਹੁਣ ਰੈਡੀ ਹੋ ਜਾਓ ਪ੍ਰੋਪਰ ਪੈਰਾ ਬੋਲਣ ਲੱਗਿਆਂ ਤੁਹਾਨੂੰ ਤੇ ਹਾਂ ਬਸ ਇਹੀ ਆ ਵੀ ਉਹਦੀ ਪੰਜਾਬੀ ਉੱਤੇ ਆਪਾਂ ਅਪਲੋਡ ਹੋ ਗਈ ਹੈ ਨਾ ਉਹ ਤੁਸੀਂ ਨਾ ਦੇਖੋ ਆਪਦੀ ਇਮਾਨਦਾਰੀ ਨਾਲ ਕਰ ਲਿਓ ਹੈ ਨਾ ਬਸ ਇਹੀ ਆ ਵੀ ਬਸ ਦੇਖਣ ਵਾਲੀ ਕੋਈ ਚੀਜ਼ ਹੋਣੀ ਨਹੀਂ ਉਹਦੇ ਚ ਇੰਨਾ ਪੈਰਾ ਔਖਾ ਹੈ ਨਹੀਂ ਗਾ ਚਲੋ ਰੈਡੀ ਹੋ ਜਾਓ ਹੁਣ ਤੁਸੀਂ ਬਹੁਤ ਟਾਈਮ ਹੋ ਗਿਆ ਰੈਡੀ ਸਰਕਾਰੀ ਸਕੂਲਾਂ ਵਿੱਚ ਕੇਵਲ ਲੋੜਵੰਦ ਜਾਂ ਆਰਥਿਕ ਤੌਰ ਉੱਤੇ ਕਮਜ਼ੋਰ ਵਰਗਾਂ ਦੇ ਬੱਚੇ ਹੀ ਪੜਦੇ ਹਨ ਡੰਡੀ ਬੱਚੇ ਦੀ ਮੋਢਲੀ ਸਿੱਖਿਆ ਪ੍ਰਾਇਮਰੀ ਤੋਂ ਹੀ ਸ਼ੁਰੂ ਹੁੰਦੀ ਹੈ ਡੰਡੀ ਬੱਚਾ 5 ਸਾਲ ਤੱਕ ਆਂਗਣਵਾੜੀ ਵਿੱਚ ਅਤੇ 6ਵੇਂ ਸਾਲ ਪਹਿਲੀ ਵਿੱਚ ਦਾਖਲ ਕੀਤਾ ਜਾਂਦਾ ਹੈ ਡੰਡੀ ਤੀਜੀ ਕਲਾਸ ਤੱਕ ਉਹ ਗਿਣਤੀ ਸਿੱਖਦਾ ਹੈ ਚੌਥੇ ਸਾਲ ਵਿੱਚ ਤਿੰਨ ਜਾਂ ਚਾਰ ਅੱਖਰਾਂ ਦਾ ਜੋੜ ਹੀ ਪੜਦਾ ਹੈ ਡੰਡੀ ਪੰਜਵੀਂ ਅਤੇ ਚੌਥੀ ਕਲਾਸ ਦੇ ਸਿਲੇਬਸ ਤੋਂ ਉਹ ਬਾਂਜਾ ਰਹਿ ਜਾਂਦਾ ਹੈ ਡੰਡੀ ਪਾਠ ਪੁਸਤਕਾਂ ਬਿਜਲੀਆਂ ਕਹਾਣੀਆਂ ਕਿਤਾ ਲੇਖ ਨੂੰ ਉਹ ਪੜਨ ਦੀ ਕੋਸ਼ਿਸ਼ ਕਰਦਾ ਹੈ ਡੰਡੀ ਨਾ ਸਮਝ ਆਉਣ ਕਰਕੇ ਉਹ ਪੜ੍ਹਾਈ ਤੋਂ ਜੀ ਚੁਰਾਉਣ ਲੱਗ ਪੈਂਦਾ ਹੈ ਡੰਡੀ ਇਹ ਆਦਤਾਂ ਉਸ ਦੀ ਅਗਲੀਆਂ ਕਲਾਸਾਂ ਤੱਕ ਵੀ ਬਣੀ ਰਹਿੰਦੀ ਹੈ ਡੰਡੀ ਇਹ ਆਦਤ ਉਸ ਦੀ ਨਾ ਪੱਕੇ ਇਸ ਕਰਕੇ ਪ੍ਰਾਇਮਰੀ ਸਿੱਖਿਆ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਬੱਚਾ ਪੜ੍ਹਾਈ ਤੋਂ ਜੀਣਾ ਚੁਰਾਏ ਹਰ ਇੱਕ ਸਕੂਲ ਵਿੱਚ ਚਾਰ ਨਹੀਂ ਤਾਂ ਤਿੰਨ ਅਧਿਆਪਕ ਬਹੁਤ ਜ਼ਰੂਰੀ ਹਨ ਡੰਡੀ ਪਹਿਲੀ ਦੂਜੀ ਤੀਜੀ ਕਲਾਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਡੰਡੀ ਦੇਸ਼ ਦੀ ਕਾਮਯਾਬੀ ਇਹਨਾਂ ਬੱਚਿਆਂ ਤੋਂ ਹੀ ਹਏ ਡੰਡੀ ਹਰ ਸਰਕਾਰੀ ਸਕੂਲ ਵਿੱਚ ਹਫਤਾਵਾਰੀ ਸੈਮੀਨਾਰ ਹੋਣਾ ਚਾਹੀਦਾ ਹੈ ਡੰਡੀ ਬੱਚਿਆਂ ਨੂੰ ਉਹਨਾ ਮਹਾਨ ਸਖਸ਼ੀਅਤਾਂ ਬਾਰੇ ਜਾਣੂ ਕਰਾਉਣਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੀ ਮਿਹਨਤ ਰੈਡੀ ਮਨੁੱਖ ਦੇ ਸਰੀਰ ਨੂੰ ਨਿਰੋਗ ਰੱਖਣ ਲਈ ਜਿਸ ਤਰ੍ਹਾਂ ਪੌਸ਼ਟਿਕ ਭੋਜਨ ਅਤੇ ਸਾਫ਼ ਵਾਤਾਵਰਨ ਦੀ ਲੋੜ ਹੈ ਉਸੇ ਤਰ੍ਹਾਂ ਮਨੁੱਖੀ ਮਨ ਨੂੰ ਸਵਸਥ ਰੱਖਣ ਲਈ ਗਿਆਨ ਬਹੁਤ ਜ਼ਰੂਰੀ ਹੈ ਡੰਡੀ ਮਨੁੱਖ ਦੇ ਗਿਆਨ ਵਿੱਚ ਵਾਧੇ ਲਈ ਚੰਗੀਆਂ ਕਿਤਾਬਾਂ ਦੀ ਸਖਤ ਲੋੜ ਹੈ ਡੰਡੀ ਕੋਈ ਵੀ ਵਿਅਕਤੀ ਇੱਕ ਨਿਸ਼ਚਿਤ ਸੀਮਾ ਤੱਕ ਹੀ ਕਿਤਾਬਾਂ ਖਰੀਦ ਸਕਦਾ ਹੈ ਡੰਡੀ ਇਸ ਲਈ ਕਿਤਾਬਾਂ ਲਈ ਲਾਇਬ੍ਰੇਰੀਆਂ ਦੀ ਸਥਾਪਨਾ ਹੋਈ ਡੰਡੀ ਪੰਜਾਬ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਗਈ ਹੈ ਡੰਡੀ ਸਰਕਾਰੀ ਸਕੂਲਾਂ ਵਿੱਚ ਕਮਰੇ ਸਰਕਾਰ ਵੱਲੋਂ ਲਾਇਬ੍ਰੇਰੀ ਦੇ ਤੌਰ ਉੱਤੇ ਬਣਾਏ ਗਏ ਹਨ ਪਰ ਸਕੂਲਾਂ ਵਿੱਚ ਕਿਤਾਬਾਂ ਪ੍ਰਤੀ ਵਿਦਿਆਰਥੀਆਂ ਵਿੱਚ ਰੁਚੀ ਜਗਾਉਣ ਦੀ ਸਖਤ ਲੋੜ ਹੈ ਡੰਡੀ ਸਕੂਲਾਂ ਵਿੱਚ ਸਾਲ ਵਿੱਚ ਘੱਟੋ ਘੱਟ ਇੱਕ ਵਾਰ ਲਾਇਬ੍ਰੇਰੀ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਜ਼ਰੂਰ ਲਗਾਉਣੀ ਚਾਹੀਦੀ ਹੈ ਡੰਡੀ ਹਰੇਕ ਇਲਾਕੇ ਵਿੱਚ ਕੁਝ ਉੱਗੇ ਲੇਖਕ ਵੀ ਹੁੰਦੇ ਹਨ ਡੰਡੀ ਜੇਕਰ ਇਸ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਸਮੇਂ ਉਹਨਾਂ ਨੂੰ ਬਤੌਰ ਮਹਿਮਾਨ ਬੁਲਾਇਆ ਜਾਵੇ ਤਾਂ ਇਸ ਦਾ ਵਿਦਿਆਰਥੀਆਂ ਉੱਤੇ ਅਤੇ ਅਧਿਆਪਕਾਂ ਉੱਤੇ ਉਸਾਰੂ ਅਸਰ ਪਵੇਗਾ ਡੰਡੀ ਪ੍ਰਦਰਸ਼ਨੀ ਸਮੇਂ ਵਿਦਿਆਰਥੀ ਨੂੰ ਉਸ ਵੱਲੋਂ ਪਸੰਦ ਕੀਤੀਆਂ ਗਈਆਂ ਕਿਤਾਬਾਂ ਨਿਜਮਾ ਅਨੁਸਾਰ ਪੜਨ ਲਈ ਸਮੇਂ-ਸਮੇਂ ਦਿੱਤੀਆਂ ਜਾਣ ਡੰਡੀ ਇਸ ਲਈ ਪੰਜਾਬੀ ਹਿੰਦੀ ਵਿਸ਼ੇ ਦੇ ਅਧਿਆਪਕਾਂ ਦੇ ਹਫਤਾਵਾਰੀ ਪੀੜਾ ਵਿੱਚ ਲਾਇਬ੍ਰੇਰੀ ਲਈ ਵੀ ਪੀੜਾ ਰੱਖਵੇਂ ਰੱਖੇ ਜਾਣ